ਰਾਣੋ ਰਾਣੋ ਨੀ ਗੱਲ ਸੁਣ ਕੀ ਹੋਇਆ ਨੀ ਨੀ ਸਾਡੇ ਹਮਸਾਇਆ ਦੀ ਲੜਾਈ ਹੋ ਗਈ ਹਾਏ ਹਾਏ ਨੀ ਕਿਹੜੀ ਗੱਲ ਦੀ ਨੀ ਛੋਟੀ ਨੋ ਨੇ ਵੱਡੀ ਨੋ ਦਾ ਸਿਰ ਫਾੜ ਤੇ ਲੱਡੂ ਮਾਰ ਕੇ ਲੱਡੂ ਮਾਰ ਕੇ ਸਿਰ ਫਾੜ ਕੀ ਨੀ ਆਪਦੀ ਦੁਕਾਨ ਦੇ ਜੀ ਸੀ ਹਾਏ ਹਾਏ ਨੀ ਉਹਨੇ ਦੁਕਾਨ ਦੇ ਲੱਡੂ ਤੇ ਡੇ ਸਖਤ ਜੇ ਮਰ ਜਾਣੇ ਹੋਰ ਕੀ ਪਿਛਲੀ ਵਾਰ ਮੇਰੇ ਦੰਦ ਟੁੱਟ ਗਿਆ ਸੀ ਕੀ ਦੱਸੀ ਮਾਰ ਦਿਖਾਈ ਆਹੋ ਲੈ ਨੀ ਹੁਣ ਤੇ ਮੈਂ ਨਵਾਂ ਲਵਾ ਲਿਆ ਹੁਣ ਤੂੰ ਮੇਰੇ ਮੂੰਹ 'ਚ ਕੀ ਵਾਲੀ ਜਾਣ ਰਹੀ ਆ ਆਹੋ ਨੀ ਡੇ ਗੰਦੇ ਉਹਨਾਂ ਦੇ ਲੱਡੂ ਮੈਂ ਜਿੱਦੀ ਆ ਮੂੰਹ 'ਚ ਪਾਇਆ ਆ ਕੜਕ ਕੀਤੀ ਉਹ ਮੇਰਾ ਦੰਦ ਟੁੱਟ ਗਿਆ ਆਹੋ ਮੁੜ ਕੇ ਨੀ ਮੇਰਾ ਦਿਲ ਕੀਤਾ ਸਾਡਾ ਸਿਰ ਫਟ ਕੇ ਨੀ ਲੱਡੂ ਨਾ ਹੋਰ ਕਿ ਨੀ ਸਿਰ ਫਟ ਗਿਆ ਕਿੰਨੇ ਟਾਂਕੇ ਟਾਂਕੇ ਲੱਗੇ ਉੱਥੇ ਓਏ ਪੰਜ ਟਾਂਕੇ ਪੂਰੇ ਤੋਂ ਨੀ ਹੁਣ ਕਿਸੇ ਹੋਰ ਨੂੰ ਗਾ ਨਾ ਜਾ ਕੇ ਦੱਸਣ ਲੱਗ ਗਈ ਲੈ ਲੋਕਾਂ ਨੂੰ ਪਤਾ ਚੱਲ ਜਾਣਾ ਹਾਂ ਨੀ ਪਤਾ ਤਾਂ ਲੱਗ ਹੀ ਜਾਣਾ ਹੋਰ ਜਿੱਦਾਂ ਹੁਣ ਤੈਨੂੰ ਪਤਾ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਆਹੋ ਆਪਣੇ ਨੂੰ ਕਿਹੜਾ ਕਿਸੇ ਨੇ ਦੱਸਿਆ ਸੀ ਸਾਡੀ ਕਿਹੜਾ ਆਦਤ ਅੱਗੇ ਜਾ ਕੇ ਕੋਈ ਗੱਲ ਕਰਨ ਦੀ ਹੋਰ ਕਿ ਨੀ ਮੇਰੀ ਤਾਂ ਆਪ ਇਹ ਜੀ ਆਦਤ ਨਹੀਂ ਤੈਨੂੰ ਤਾਂ ਪਤਾ ਹੀ ਹੈ ਹਾਂ ਚੱਲ ਹਾਂ ਛੱਡ ਮੈਂ ਜਾਣੀ ਹਾਂ ਸਾਰੇ ਪੁੱਛਦੇ ਤੈਨੂੰ ਕਦੇ ਪਿਆਰ ਨਹੀਂ ਹੋਇਆ ਤੈਨੂੰ ਕੋਈ ਸੋਹਣਾ ਨਹੀਂ ਲੱਗਿਆ ਤੇ ਅੱਜ ਮੈਂ ਤੁਹਾਨੂੰ ਅੱਜ ਸਟੋਰੀ ਦੱਸਦੀ ਹਾਂ ਇੱਕ ਮੁੰਡਾ ਸੀ ਮੈਨੂੰ ਬੜਾ ਸੋਹਣਾ ਲੱਗਦਾ ਸੀ ਮੈਂ ਸੋਚਿਆ ਘਰ ਵਾਲਿਆਂ ਨਾਲ ਗੱਲ ਕਰਾਂ ਫਿਰ ਮੈਨੂੰ ਡਰ ਸੀ ਮੈਂ ਕੁੜੀ ਹਾਂ ਮੈਂ ਗੱਲ ਕੀਤੀ ਤੇ ਮੈਨੂੰ ਕੁੱਟ ਪੈ ਜੂ ਘਰੋਂ ਐ ਨੀ ਘਰ ਵਾਲੇ ਕਹਿਣ ਨੀ ਤੂੰ ਕਿਤੇ ਜਾਣਾ ਹੀ ਨੀ ਘਰ ਬਹਿਦਾ ਤੂੰ ਬਾਜ਼ਾਰ ਵੀ ਨੀ ਜਾਣਾ ਤੈਨੂੰ ਲੋੜ ਹੀ ਨਹੀਂ ਤੇ ਮੈਂ ਕਿਹਾ ਚੱਲ ਨਹੀਂ ਦੱਸਦੀ ਘਰ ਮੈਂ ਉਹਨਾਂ ਫੋਨ ਤੇ ਗੱਲ ਗੁੱਲ ਕਰਨ ਲੱਗ ਪਈ ਚੰਗਾ ਸਾਡਾ ਟਾਈਮ ਲੰਘ ਗਿਆ ਇੱਕ ਦਿਨ ਉਹਨੇ ਮੈਨੂੰ ਕਿਹਾ ਕਿ ਆਪਾਂ ਮਿਲਦੇ ਹਾਂ ਪਹਿਲੇ ਤੇ ਮੈਂ ਨਾ ਮੰਨੀ ਫਿਰ ਮੈਂ ਕਿਹਾ ਚੱਲ ਮਿਲ ਲੈਂਦੀ ਹਾਂ ਕੀ ਜਾਂਦਾ ਹੈ ਤੇ ਜਗ੍ਹਾ ਮੈਨੂੰ ਕਿਸੇ ਜਗ੍ਹਾ ਦਾ ਨਾ ਪਤਾ ਹੋਵੇ ਤੇ ਉਹਨੇ ਕਿਹਾ ਕਿ ਆਹ ਜਗ੍ਹਾ ਤੇ ਮੈਂ ਕਿਹਾ ਚੱਲ ਸਹੀ ਆ ਆ ਜਾਊਂਗੀ ਬਸ ਹੋਣਾ ਕੀ ਸੀ ਮੈਂ ਸੂਟ ਲੱਭਣ ਲੱਗੇ ਸਾਰਾ ਪੁੱਛਣ ਲੱਗ ਪਿਆ ਕਿੱਥੇ ਜਾਣਾ ਤੂੰ ਮੈਂ ਕਿਸੇ ਸਹੇਲੀ ਨੂੰ ਮਿਲਣ ਚੱਲੀ ਆ ਮੈਂ ਸੂਟ ਆਪਦਾ ਲੱਭਿਆ ਉਹਦੇ ਨਾਲ ਮੈਚਿੰਗ ਜੁੱਤੀ ਲੱਭੀ ਉਹਦੇ ਨਾਲ ਦੀ ਮੈਂ ਜੂਲਰੀ ਲੱਭੀ ਕਾਂਟੇ ਅੱਡੇ ਸੋਹਣੇ ਕਸਮੇ ਕਾਂਟੇ ਜ਼ਿੰਦਗੀ ਚ ਨਹੀਂ ਮੈਂ ਪਾਏ ਉਹ ਜੇ ਕਾਂਟੇ ਤੇ ਪਰਸ ਵੀ ਨਾਲ ਦਾ ਚੂੜੀਆਂ ਮੈਂ ਦੋਨੀ ਬਾਹਾਂ ਚੂੜੀਆਂ ਨੀ ਭਰਨੀਆਂ ਦੇਖੋ ਓਦਾਂ ਮੈਂ ਕਦੀ ਪਾਈਆਂ ਨੀ ਓਦਾਂ ਮੈਂ ਦੋਨੀ ਬਾਹਾਂ ਚੂੜੀਆਂ ਨੀ ਭਰਨੀਆਂ ਮੈਂ ਤਾਂ ਬੰਦਾ ਸੋਹਣਾ ਲੱਗੇ ਪੈਰਾਂ ਚ ਪਾਇਲ ਪਾ ਲਈ ਬਸ ਵੇ ਮੈਂ ਘਰੋਂ ਨਿਕਲਣ ਲੱਗੀ ਸੀ ਕਿ ਇੰਨੀ ਦੇਰ ਚ ਅੰਮੀ ਦਾ ਥੱਪੜ ਪਿਆ ਆ ਕੇ ਅੰਮੀ ਕਹਿੰਦੀ ਉੱਠ ਜਾ ਕਿੰਨਾ ਸੋਹਣਾ ਉਹ ਸਾਰਾ ਮੇਰਾ ਖਾਬ ਸੀਗਾ ਆ ਦੇਖੋ ਹਲੇ ਤੱਕ ਮੈਂ ਮੂੰਹ ਤੇ ਹੱਥ ਰੱਖ ਕੇ ਬਠਿੰਡੀ ਦੋਵੇਂ ਕਸਮੇ ਚੰਡ ਪਈ ਮੈਨੂੰ ਅਫਸੋਸ ਅੰਮੀ ਮੈਨੂੰ ਜਾਤ ਲੈਣ ਦੇ ਮੁੰਡਾ ਤੇ ਦੇਖ ਲੈਂਦੀ ਮੁੰਡਾ ਕਿੱਦਾਂ ਦਾ ਸੀ ਮੁੰਡਾ ਨੀ ਦੇਖਿਆ ਮੈਂ ਕਸਮੇ ਨੀ ਦੇਖਿਆ ਲੈ ਨੀ ਸਾਡੇ ਗੁਆਂਢੀਆਂ ਦੇ ਨਾ ਦੂਸਰੇ ਦਿਨ ਬਾਅਦ ਲੜਾਈ ਹੋਈ ਰਹਿੰਦੀ ਸੀਗੀ ਸਾਨੂੰ ਪਤਾ ਨਹੀਂ ਸੀ ਚੱਲਦਾ ਸੱਸ ਕੁੱਟਦੀ ਆ ਨੂੰਹ ਨੂੰ ਕਿ ਨੂੰਹ ਕੁੱਟ ਰਹੀ ਨਹੀਂ ਸੱਸ ਨੂੰ ਹੈ ਸੱਸ ਵੀ ਰੋਂਦੀ ਸੀ ਨੂੰਹ ਵੀ ਰੋਂਦੀ ਸੀ ਦੋਨੇ ਸੱਚੀਆਂ ਹੋਣ ਬਹਿ ਜਾਂਦੀਆਂ ਸੀਗੀਆਂ ਕਿ ਕਿਹਨੇ ਕਿਹਨੂੰ ਫੜੇ ਕੁੱਟ ਸਿੱਟਿਆ ਹੈ ਫਿਰ ਅਸੀਂ ਕਿਹਾ ਚੱਲ ਲੱਗ ਜਾਂਦਾ ਪਤਾ ਨਹੀਂ ਇੱਕ ਦਿਨ ਤਾਂ ਵਿਚਾਰੀ ਉਹਨਾਂ ਨੇ ਕੀ ਕੀਤਾ ਨੂੰਹ 'ਤੇ ਇਲਜ਼ਾਮ ਲਾ ਤਾ ਕਿ ਚੋਰੀ ਕਰਨ ਆਈ ਆ ਉਹ ਨਹੀਂ ਉਹਨੂੰ ਇੰਨਾ ਵਿਚਾਰੀ ਨੂੰ ਅਰਮਾਨ ਲੱਗਾ ਕਿ ਪੂਰੇ ਚੱਕ ਦੇ ਸਾਹਮਣੇ ਨਾ ਉਹਦੀ ਬੇਇੱਜ਼ਤੀ ਕਰਾ ਦਿੱਤੀ ਇਹਨਾਂ ਨੇ ਉਹ ਨਾ ਆਹ ਜਿਹੜੀ ਹੁੰਦੀ ਆ ਕੀੜੀਆਂ ਨੂੰ ਪਾਉਣ ਵਾਲੀ ਦਵਾਈ ਖਾ ਕੇ ਵਿਚਾਰੀ ਮਰ ਗਈ ਹੈ ਉਹ ਛੋਟੇ ਛੋਟੇ ਨਿਆਣੇ ਆਪਦੇ ਵਿਚਾਰੀ ਛੱਡ ਗਈ ਅਤੇ ਇੰਨਾ ਉਹਨੂੰ ਤੰਗ ਕੀਤਾ ਉਹਦੀ ਸੱਸ ਨੇ ਫਿਰ ਪਤਾ ਲੱਗਾ ਕਿ ਸੱਸ ਉਹਦੀ ਬੜੀ ਭੈੜੀ ਸੀਗੀ ਉਹਨੇ ਤੰਗ ਕੀਤਾ ਸਾਰੀ ਸੱਸਾਂ ਭੈੜੀਆਂ ਨਹੀਂ ਹੁੰਦੀਆਂ ਨਹੀਂ ਪਰ ਫਿਰ ਵੀ ਦੂਸਰੀ ਉਹ ਲੈ ਗਈ ਆਪਦੀ ਉਹ ਭੈਣ ਦੀ ਕੁੜੀ ਦੀ ਜਿਹੜਾ ਜਾ ਕੇ ਉਹਨੇ ਤੜਫਾਇਆ ਆਪਦੀ ਸੱਸ ਨੂੰ ਫਿਰ ਹੁਣ ਸੱਸ ਨੂੰ ਫਾਲਜ ਹੋਇਆ ਤਾਂ ਉਦੋਂ ਦੀ ਪਈ ਆ ਹੈ ਕਹਿੰਦੇ ਜਿੱਦਾਂ ਦੀ ਕਰਨੀ ਉੱਦਾਂ ਦੀ ਫਿਰ ਹੋਣੀ ਉਹਦੇ ਨਾਲ ਅੱਲਾ ਹਿਸਾਬ ਲੈ ਲੈਂਦਾ ਲੋਕ ਸਮਝਦੇ ਨਹੀਂ ਉਹ ਆਹੋ ਉਹਨੇ ਆਪਦੀ ਨੂੰਹ ਨੂੰ ਮਾਰਿਆ ਅਤੇ ਦੂਸਰੀ ਨੂੰਹ ਨੇ ਆ ਕੇ ਸੱਸ ਨੂੰ ਲੈ ਨਹੀਂ ਮੈਂ ਪਿੰਡ ਸ਼ਾਦੀ 'ਤੇ ਚੱਲੀ ਸੀ ਮੈਂ ਸੋਚਿਆ ਕਿਉਂ ਨਾ ਮੈਂ ਨਾ ਇੱਥੋਂ ਪਾਰਲਰ 'ਚੋਂ ਤਿਆਰ ਹੋ ਕੇ ਜਾਵਾਂ ਮੈਂ ਨਾ ਪਾਰਲਰ ਆਈ ਬੈਠੀ ਦੇਖੋ ਮੇਰੇ ਪਿੱਛੇ ਚੀਜ਼ਾਂ ਨਜ਼ਰ ਹੁੰਦੀਆਂ ਪਈਆਂ ਤੁਹਾਨੂੰ ਹੈ ਨਹੀਂ ਮੈਂ ਇਹਨੂੰ ਕਿਹਾ ਮਰ ਜਾਣ ਨੂੰ ਮੇਰਾ ਫੇਸ਼ੀਅਲ ਕਰ ਦੇ ਕਹਿੰਦੇ ਰੰਗ ਵਾਵਾ ਚਿੱਟਾ ਹੋ ਜਾਂਦਾ ਮੈਂ ਕਿਹਾ ਚੱਲ ਚਿੱਟਾ ਰੰਗ ਕਰਾ ਕੇ ਜਾਂਦੀ ਹਾਂ ਨਹੀਂ ਕਹਿੰਦੀ 2000 ਦਾ ਹਾਏ ਹਾਏ ਤੋਬਾ ਤੋਬਾ 2000 ਦਾ ਫੇਸ਼ੀਅਲ ਮੈਂ ਇੱਕੋ ਕਰਾ ਕੇ ਜਾਵਾਂ ਮੈਨੂੰ ਕਿਸੇ ਕੁੱਤੇ ਨੇ ਵੱਢਿਆ ਹੋਇਆ ਹੈ ਮੈਂ 2000 ਇੱਥੇ ਪਰ ਮੈਂ ਕਿਹਾ ਚੱਲ ਤੂੰ ਮੈਨੂੰ ਮਾੜਾ ਮੋਟਾ ਤਿਆਰ ਕਰ ਦੇ ਨਹੀਂ ਤਿਆਰ ਕਰਨਾ ਮੈਂ ਕਿਹਾ ਸੁਰਖੀ ਮੈਂ ਆਪ ਲੈ ਲੂੰਗੀ ਹੈ ਸੁਰਖੀ ਦੇ ਪੈਸੇ ਮੈਂ ਕੋਈ ਨਹੀਂ ਦੇਣੇ ਹੈਗੇ ਮੈਂ ਆਪਦੀ ਨਾ ਉਹ ਲਾਲ ਰੰਗ ਦੀ ਸੁਰਖੀ ਚੱਕ ਲਿਆਈ ਆ ਉਹ ਸ਼ਾਦੀਆਂ 'ਤੇ ਉਹੀ ਤਾਂ ਲੱਗਦੀ ਆ ਉਹੀ ਤਾਂ ਹਰ ਕੋਈ ਦੇਖਦਾ ਜੇ ਲਾਲ ਰੰਗ ਦੀ ਸੁਰਖੀ ਲਾ ਕੇ ਬਾਹਰ ਨਿਕਲੋ ਹਾਂ ਤੇ ਮੈਂ ਆਹ ਫੇਸ਼ੀਅਲ ਫੁਸ਼ੀਅਲ ਕੋਈ ਨਹੀਂ ਕਰਾਉਣਾ ਹੈਗਾ ਮੈਂ ਤਾਂ ਕਿਹਾ ਸੀ ਮੈਂ ਕਿਹਾ ਚੱਲ 10 ਰੁਪਏ ਦੀ ਬਲੀਚ ਹੁੰਦੀ ਆ ਉਹ ਮੈਂ ਲੈ ਆਉਂਦੀ ਹਾਂ ਤੂੰ ਮੇਰੇ ਉਹ ਲਾ ਦੇਣੀ ਉਹ 'ਚ ਵੀ ਪੈਸੇ ਮੰਗਦੀ ਪਈ ਕਹਿੰਦੀ ਮੈਂ ਲੋਨ ਦੇ ਪੈਸੇ ਲੈਣੇ ਮੈਂ ਕਿਹਾ ਚੱਲ ਤੂੰ ਮੈਨੂੰ ਕੋਲੀ ਦੇ ਦੇ ਮੈਂ ਆਪ ਲਾ ਲੂੰਗੀ ਆਹੋ ਨਹੀਂ ਕਿ ਉਹ ਬ੍ਰੈਸ਼ ਜਿਹਾ ਪਤਾ ਨਹੀਂ ਕਿਹੜਾ ਇਹਦਾ ਮੈਂ ਕਿਹਾ ਤੂੰ ਰਹਿਣ ਤਾਂ ਮੈਂ ਆਪ ਉਂਗਲੀ ਨਾਲ ਲਾ ਲੂੰਗੀ ਬਹਿ ਕੇ ਆਹੋ ਅਤੇ ਕੀ ਇਹ 'ਚ ਘਰ ਨਹੀਂ ਲਾਈ ਦੀ ਹੈਗੀ ਐਵੇਂ ਬਹੁਤੇ ਬਣਤੀਆਂ ਇਹ
ਸਾਡੀਆਂ ਮਾਵਾਂ ਵੀ ਚੰਗਾ ਕਰਦੀਆਂ ਹੈ, ਵਿਆਹ ਦੇਖਣ ਜਾਂਦੀਆਂ, ਉੱਥੇ ਜਾ ਕੇ ਕੁੜੀ ਪਸੰਦ ਕਰਕੇ ਆ ਜਾਂਦੀਆਂ। ਮੁੜੇ ਕਹਿੰਦੇ ਨਹੀਂ, ਉਹ ਕੁੜੀ ਬੜੀ ਸੋਹਣੀ ਆ, ਹੈ ਉਹਨੇ ਆਹ ਸਟੈਪ ਇੱਦਾਂ ਕੀਤਾ ਸੀ, ਲੱਗਦਾ ਇਹਦੇ ਹੱਥ 'ਚ ਜਿਹੜਾ ਨਾ ਟੇਸਟ ਬੜਾ ਹੋਣਾ, ਇਹ ਇੱਦਾਂ ਤਾਂ ਉਹੀ ਕਰ ਸਕਦਾ ਹੈ ਜਿਹਦੇ ਹੱਥ 'ਚ ਟੇਸਟ ਬੜਾ ਹੁੰਦਾ ਵਾ। ਮੈਨੂੰ ਲੱਗਦਾ ਅੱਛਾ ਆਹ ਕੁੜੀ ਦੀ ਮਾਂ, ਨਹੀਂ ਨਹੀਂ ਕੁੜੀ ਦੀ ਮਾਂ ਵਾ ਤਾਂ ਬਸ, ਕੁੜੀ ਬੜੀ ਸੋਹਣੀ ਆ, ਕੁੜੀ ਬੜੀ ਸੋਹਣੀ, ਭਵਨ ਮੁੜੇ ਗਏ ਜਿੱਦਾਂ ਦੇ ਵੀ ਨਿਕਲੇ ਹੈ, ਘਰ ਆਏ ਨੇ ਮੁੰਡਿਆਂ ਨੂੰ ਆ ਕੇ ਇੱਦਾਂ ਬਲੈਕਮੇਲ ਕਰਦੀਆਂ ਅਤੇ ਤੂੰ ਉੱਥੇ ਹੀ ਵਿਆਹ ਕਰਨਾ। ਉਹ ਕਹਿ ਵਿਚਾਰਾ ਕਹਿ ਦੇਵੇ ਕਿ ਅੰਮੀ ਮੈਂ ਨਹੀਂ ਕਰਨਾ, ਮੈਂ ਕਿਸੇ ਹੋਰ ਨੂੰ ਪਸੰਦ ਕਰਦਾ, ਹਾਏ ਮੈਂ ਮਰ ਗਈ, ਬਸ ਮੇਰੇ ਕੁਛ ਦਿਨ ਰਹਿ ਗਏ ਆ, ਵੇ ਵਿਆਹ ਕਰ ਲਾ ਉੱਥੇ, ਜੇ ਮੈਨੂੰ ਕੁਛ ਹੋ ਗਿਆ ਘਰ ਕੌਣ ਦੇਖੂਗਾ, ਵੇ ਮੈਨੂੰ ਕੌਣ ਸੰਭਾਲੂਗਾ, ਤੂੰ ਜਿਹਨੂੰ ਕਹਿੰਦਾ ਵਾ ਉਹ ਤਾਂ ਮੈਨੂੰ ਨਹੀਂ ਸੰਭਾਲੂਗੀ, ਮੈਨੂੰ ਪਤਾ ਵਾ। ਲੈ ਮਾਂ ਨੂੰ ਇੱਕ ਦਿਨ 'ਚ ਪਤਾ ਲੱਗ ਜਾਂਦਾ ਹੈ ਕਿ ਜੋ ਜਿਹੜੀ ਕੁੜੀ ਵਿਆਹ 'ਤੇ ਨੱਚਦੀ ਦੇਖ ਕੇ ਆਈ ਉਹ ਆ ਕੇ ਇਹਨੂੰ ਸੰਭਾਲ ਲੂਗੀ। ਹੱਦ ਹੁੰਦੀ ਯਾਰ, ਮੁੰਡਿਆਂ ਵਿਚਾਰਿਆਂ ਇੰਨਾ ਬਲੈਕਮੇਲ ਕਰਦੀਆਂ ਕਿ ਉਹ ਵਿਚਾਰੇ ਦੂਸਰੇ ਦਿਨ ਸ਼ਾਦੀ ਲਈ ਹਾਂ ਕਰ ਦਿੰਦੇ ਹੈ, ਫਿਰ ਵਿਆਹ ਕਰਕੇ ਜਦੋਂ ਉਨੀਆਂ ਘਰ ਉਹ ਆ ਕੇ ਇਹੋ ਜਿਹਾ ਸਬਕ ਸਿਖਾਉਂਦੀਆਂ, ਫਿਰ ਉਹੀ ਮਾਵਾਂ 100-100 ਸਾਲ